सवेरा नवी किरण एक ओंकार करो सिमरन बुझे दिलांच ज्ञान दिया लख जगा के शांत कर लो अपना मन नवी किरण दे दर्शकों मेरी सत श्री अकाल ओम शांति। दर्शको साड़ी लड़ी चल रही है एक अध्यात्मक प्रोग्राम लैके जिदी परत दर परत खोल रहे हैं राजयोगिनी ब्रह्मा कुमारी सुदेश भैन जी। असी अपने पिछली लड़ी तो जिहड़ी चर्चा हुई सी उसनू जारी रखांगे ते आओ तुहानू मिलाइए ब्रह्मा कुमारी सुदेश भैन जी नू। सुदेश दीदी जी सत श्री अकाल। सत श्री अकाल जी। ओम शांति। ओम शांति। दीदी पिछली बार तुसी सानू दस्या सी भी राजयोग दे द्वारा शक्तियां दी प्राप्ति हुंदी है, तुसी अंतरमुखता बारे दस्या सी जिहदे नाल साडा वेस्ट सोचना बंद हो जावे। असल दे विच साडी सोच बहुत सारे नैगेटिव विचार सोचदी रहिंदी है ते इस करके कई बार साडे रिश्तियां दे विच कुड़ित्तन आ जांदी आ, रिश्ते तिड़क जांदे ने, टुट जांदे ने ते हसबैंड वाइफ दी बणदी नहीं आपस दे विच, सस नूंह दी नहीं बणदी, चाइल्ड पेरेंट्स की नहीं बनती, बड़ा गैप आ गया है। तो दूसरे पास असी देखते हैं भी जीवन दे विच कई किस्म का तनाव आ जाता है, तुहाडा दफ्तरी तनाव आ जाता है, तुहाडी बॉस दे नाल नहीं बनी, बॉस ने तुहानूं झिड़कता तो तुहाडा मूड ऑफ हो गया, तुसी डिप्रैशन दे विच चले गए, जां कई बार नैचुरल कलैमिटी आ जाती है जिवें कश्मीर दे विच हड़ आ गया जां कितें टैरोरिस्ट अटैक हो गया तो जीवन बड़ा उथल पुथल वाला हो जाता तो बंदा सोचता भी मैं इधर निपटा उधर निपटा मैं की करा, वो बड़ा अपने आप नूं असहाय अनुभव करता। तो की सानू परमात्मा तो जां जिहड़ा राजयोग तुसी सिखा रहे हो इहदे द्वारा इहो जिहियां कोई होर शक्तियां मिल सकदियां ने जिहदे नाल असीं इह जिहड़े चैलेंजेस ने लाइफ दे चुनौतियां आउंदियां ने नवीआं नवीआं असीं इहनां नूं फेस कर सकीए। बिल्कुल बहुत सहज हैगा, समझण दी जरूरत हैगी कि परिस्थितियां आईआं ਇਹ ਜਿਹੜੀਆਂ ਪ੍ਰੋਬਲਮ ਸੰਸਾਰ 'ਚ ਹੈਗੀਆਂ ਨੇ ਉਹਦਾ ਕਾਰਨ ਕੀ ਹੈਗਾ। ਪੱਤੇ ਕੋਈ ਸਮਝੋ ਕੋਈ ਵੀ ਚੀਜ਼ ਹੈ ਤਾਂ ਜੜ੍ਹ ਦੇਖਣੀ ਪਏਗੀ ਨਾ ਜੀ। ਅਗਰ ਡਾਕਟਰ ਬਿਮਾਰੀ ਨੂੰ ਠੀਕ ਕਰਨਾ ਚਾਹੁੰਦਾ ਤਾਂ ਬਿਮਾਰੀ ਦਾ ਕਾਰਨ ਕੀ ਹੈਗਾ, ਪਹਿਲੇ ਡਾਇਗਨੋਜ਼ ਠੀਕ ਹੋਏਗਾ ਤਦ ਤਾਂ ਦਵਾਈ ਕੰਮ ਕਰੇਗੀ। ਹਾਂਜੀ। ਅਗਰ ਬਿਮਾਰੀ ਡਾਇਗਨੋਜ਼ ਹੀ ਨਹੀਂ ਹੋਈ ਤਾਂ ਕਿਤਨੀ ਵੀ ਦਵਾਈ ਕਰਦੇ ਰਹੇਗੇ ਦਵਾਈ ਨਹੀਂ ਹੋਏਗੀ ਨਾ ਜੀ। ਤਾਂ ਇਹ ਜਿਹੜੀਆਂ ਪਰਿਸਥਿਤੀਆਂ ਹੈਗੀਆਂ ਨੇ, ਅੱਜ ਜੋ ਹਾਲਾਤ ਹੈਗੇ ਨੇ, ਸੱਸ ਬਹੂ ਦੀ ਨਹੀਂ ਬਣਦੀ, ਮਾਂ ਬੇਟੀ ਦੀ ਨਹੀਂ ਬਣਦੀ, ਹਸਬੈਂਡ ਵਾਈਫ ਦੀ ਨਹੀਂ ਬਣਦੀ, ਘਰ 'ਚ ਘਰ ਦੇ ਤਣਾਓ, ਜੀਵਨ ਵਿੱਚ ਤਣਾਓ, ਇਹਦਾ ਕਾਰਨ ਕੀ ਹੈਗਾ ਜੀ। ਤੇ ਜੇ ਪਹਿਲੀ ਜਿਹੜੀ ਚੀਜ਼ ਹੈ ਕਿ ਸੱਸ ਨੂੰ ਸੱਸ ਸਮਝਿਆ ਨਾ, ਪਰ ਸੱਸ ਮਾਂ ਵੀ ਤਾਂ ਹੈ। ਸੱਸ ਨੇ ਬੇਟੀ ਬਹੂ ਨੂੰ ਬੇਟੀ ਨਹੀਂ ਸਮਝਿਆ ਬਹੁ ਸਮਝਿਆ, ਤਾਂ ਉਹਦਾ ਦੇਖਣ ਸੋਚਣ ਦਾ ਤਰੀਕਾ। ਹਾਂ ਦੀਦੀ, ਇਹ ਨਾ ਨੈਚੁਰਲ ਹੁੰਦਾ ਵੀ ਬਹੂ ਕੋਈ ਨਵੀਂ ਜਿਹਦੀ ਮੈਰਿਜ ਹੋਈ ਹੁੰਦੀ ਆ ਉਹਨੂੰ ਪਹਿਲਾਂ ਹੀ ਹੁੰਦਾ ਵੀ ਸੱਸ ਆ, ਤੇ ਸੱਸ ਨੂੰ ਵੀ ਇਹ ਹੁੰਦਾ ਵੀ ਬਹੂ ਆ ਬੇਟੀ ਤਾਂ ਹੈ ਨਹੀਂ, ਪਤਾ ਨਹੀਂ ਇਹਨੇ ਇੱਦਾਂ ਹੀ ਕਰਨਾ। ਤਾਂ ਉਹ ਪਹਿਲੇ ਜੋ ਵਿਜ਼ਨ ਬਣਾ ਲਿਆ, ਹਾਂਜੀ, ਜਿਸ ਦ੍ਰਿਸ਼ਟੀ ਜੋ ਦ੍ਰਿਸ਼ਟੀ ਰੱਖ ਲਈ ਜੀ, ਜਿਹੜਾ ਚਸ਼ਮਾ ਪਾ ਲਿਆ ਉਸ ਚਸ਼ਮੇ ਵਿੱਚ ਹੀ ਉਹ ਰੰਗ ਦਿਖਾਈ ਦੇਗਾ ਤਾਂ ਦੁਖੀ ਖੁਦ ਹੋਏਗੇ ਨਾ। ਪ੍ਰੀ ਕਨਸੀਵਡ ਆਈਡੀਆ ਉਹ ਬਣਾ ਲੈਂਦੇ ਨੇ। ਹਾਂਜੀ, ਇਹ ਜਿਵੇਂ ਇੱਕ ਤਾਂ ਜੋ ਵਿੱਚ ਮਨ 'ਚ ਪੱਕਾ ਕਰ ਲਿਆ, ਹਾਂਜੀ, ਤਾਂ ਫਿਰ ਉਹ ਹੀ ਦਿਖਾਈ ਪੜੇਗਾ, ਹੀਰਾ ਵੀ ਪੱਥਰ ਦਿਖਾਈ ਦੇਗਾ ਜੀ। ਤਾਂ ਗੁਣ ਦੇਖਣ ਦੀ ਸ਼ਕਤੀ ਨਹੀਂ ਹੈ, ਤਾਂ ਪਹਿਲਾ ਤਰੀਕਾ ਹੈ ਕਿ ਨੈਗੇਟਿਵ ਨੂੰ ਪੋਜ਼ਿਟਿਵ ਕਰਨ ਦੀ ਜ਼ਰੂਰਤ ਹੈਗੀ। ਇਹ ਕਿੱਦਾਂ ਹੋ ਸਕਦਾ, ਨੈਗੇਟਿਵ ਨੂੰ ਪੋਜ਼ਿਟਿਵ ਕਿਵੇਂ ਹੋ ਸਕਦਾ? ਨੈਗੇਟਿਵ ਨੂੰ ਪੋਜ਼ਿਟਿਵ ਕਰਨ ਦਾ ਤਰੀਕਾ ਹੈ ਉੱਤੇ ਇਹ ਜਿਹੜੀ ਸਿਚੁਏਸ਼ਨ ਹੈ ਜੀ, ਇਸ ਵਿੱਚ ਮੈਨੂੰ ਕਿਹੜੀ ਸ਼ਕਤੀ ਦੀ ਯੂਜ਼ ਕਰਨ ਦੀ ਜ਼ਰੂਰਤ ਹੈਗੀ, ਇਹਦੇ 'ਚ ਆਪਾਂ ਕਿਹੜੀ ਸ਼ਕਤੀ ਯੂਜ਼ ਕਰਾਂਗੇ? ਮਿਸਾਲ ਦੇ ਤੌਰ 'ਤੇ ਕੁਛ ਪਾਸਟ ਹੋ ਗਿਆ, ਕੁਛ ਕਹਾਣੀ ਹੋ ਗਈ ਜੀ, ਉਹਨੂੰ ਬਾਰ ਬਾਰ ਰਿਪੀਟ ਕਰਦੇ ਰਹਿੰਦੇ ਨੇ,
ਇਸ ਤਰ੍ਹਾਂ ਹੋ ਗਿਆ, ਇਹ ਮਿਸਟੇਕ ਕੀਤੀ ਸੀ, ਇਹ ਝੂਠ ਬੋਲਿਆ, ਉਹਨੂੰ ਬਾਰ ਬਾਰ ਜਿਹੜੀ ਇੱਕ ਮਿਸਟੇਕ ਹੋ ਗਈ ਉਸ ਇਸ ਮਿਸਟੇਕ ਨੂੰ 15 ਵਾਰੀ ਬੋਲ ਕੇ 50 ਲੋਕਾਂ ਨੂੰ ਸੁਣਾ ਕੇ ਉਹ ਛੋਟੀ ਚੀਜ਼ ਨੂੰ ਵੱਡੀ ਕਰ ਦਿੱਤਾ, ਆਪਣੇ ਅੰਦਰ ਪੱਕਾ ਕਰ ਲੈਂਦੇ ਆ, ਨਾ ਕੇਵਲ ਵੱਧ ਆਪਣੇ ਅੰਦਰ ਪੱਕਾ ਕੀਤਾ, ਦੂਜਿਆਂ ਵਿੱਚ ਵੀ ਉਹਨਾਂ ਦੂਜਿਆਂ ਦੀ ਦ੍ਰਿਸ਼ਟੀ ਖਰਾਬ ਕੀਤੀ, ਦੂਜਿਆਂ ਦੇ ਇੰਪ੍ਰੈਸ਼ਨ ਖਰਾਬ ਕੀਤੇ, ਰਿਸ਼ਤਾ ਖਰਾਬ, ਤਾਂ ਉਹ ਜਿਹੜਾ ਖਰਾਬ ਵਿਗਾੜਿਆ ਹੈ ਜੀ ਜੀ, ਤਾਂ ਵਿਗੜੀ ਨੂੰ ਸੁਧਾਰਨ ਲਈ ਟਾਈਮ ਚਾਹੀਏ ਨਾ, ਹਾਂਜੀ, ਤਾਂ ਦੋਸ਼ ਦੂਜਿਆਂ ਦਾ ਦਿੰਦੇ ਨੇ, ਪਰੰਤੂ ਖੁਦ ਦੋਸ਼ ਤਾਂ ਖੁਦ ਹੈ ਨਾ, ਤਾਂ ਇਹ ਜਿਹੜਾ ਦੋਸ਼ ਦੇਣ ਦਾ ਸੰਸਕਾਰ ਹੈ ਔਰ ਅਵਗੁਣ ਦੇਖਣ ਦਾ ਸੰਸਕਾਰ ਹੈ, ਤਾਂ ਅਵਗੁਣ ਦੇਖਿਆ, ਅਵਗੁਣ ਚੁਣ ਲਿਆ, ਤਾਂ ਉਹ ਅੰਦਰ ਦੁੱਖ ਦੇਗਾ ਨਾ। ਤੇ ਦੀਦੀ, ਇਹ ਨੈਗੇਟਿਵ ਨੂੰ ਪੋਜ਼ਿਟਿਵ ਇਸ ਨੂੰ ਕਿੱਦਾਂ ਬਣਾਈਏ? ਇਹਦਾ ਦੇਖੀ, ਇਹਦਾ ਇਸ ਸਿਚੁਏਸ਼ਨ ਵਿੱਚ ਮੈਂ ਸਿੱਖਿਆ ਕੀ ਜੀ, ਕੀ ਚੀਜ਼ ਮੈਨੂੰ ਯੂਜ਼ ਕਰਨੀ ਸੀ ਜਿਹੜੀ ਮੈਂ ਨਹੀਂ ਕੀਤੀ, ਚਲੋ ਕਿਸੇ ਨੇ ਭੁੱਲ ਕਰ ਦਿੱਤੀ, ਤਾਂ ਮੈਂ ਖਿਮਾ ਦੇ ਸਾਗਰ ਦੀ ਸੰਤਾਨ ਹਾਂ ਨਾ, ਮੈਂ ਖੁਦਾ ਨੂੰ ਪਰਮਾਤਮਾ ਦੀ ਮਹਿਮਾ ਕਰਦੀ ਹਾਂ, ਬਖਸ਼ ਗੁਨਾਹ ਮੇਰੇ, ਬਖਸ਼ ਗੁਨਾਹ ਮੇਰੇ, ਤਾਂ ਮੈਂ ਕਿਹਦੀ ਬੇਟੀ ਹੈਗੀ, ਮੈਂ ਪਰਮਾਤਮਾ ਦੀ ਸੰਤਾਨ ਹਾਂ, ਤਾਂ ਮੈਂ ਦੂਸਰੇ ਦੇ ਗੁਨਾਹ ਨੂੰ ਬਖਸ਼ ਕਰ ਬਖਸ਼ਣਾ ਨਾ, ਅਗਰ ਮੈਂ ਨਹੀਂ ਬਖਸ਼ਦੀ ਤਾਂ ਮੈਂ ਹੀ ਦੁਖੀ ਹੋਵਾਂਗੀ ਨਾ, ਤਾਂ ਫੋਰਗਿਵ ਕਰਨ ਦੀ ਆਦਤ, ਅਗਰ ਫੋਰਗਿਵ ਨਹੀਂ ਕਰ ਸਕਦੇ ਤਾਂ ਫਿਰ ਦੁਖੀ ਹੁੰਦੇ ਰਹਿਣਗੇ, ਸਮੇਟਣੇ ਦੀ ਸ਼ਕਤੀ ਚਾਹੀਦੀ ਹੈ, ਯਾਨੀ ਜੋ ਹੋ ਗਿਆ ਉਹਨੂੰ ਸਮਾ ਲੈਣਾ, ਖਤਮ ਕਰ ਦੇਣਾ, ਜੈਸੇ ਸਾਗਰ ਹੈ, ਨਦੀ ਬਹਿੰਦੀ ਆਉਂਦੀ ਹੈ, ਸਾਰੇ ਰਸਤੇ ਵਿੱਚ ਕੀੜਾ ਕਿਚੜਾ ਲੈ ਕੇ ਆਉਂਦੀ ਹੈ, ਸਾਗਰ ਵਿੱਚ ਨਦੀ ਆਈ, ਸਾਗਰ ਕੀ ਕਰਦਾ, ਕਿਚੜੇ ਨੂੰ ਬਾਹਰ ਫੈਂਕ ਦਿੰਦਾ, ਨਦੀ ਨੂੰ ਅਪਸਮਾਨ ਬਣਾ ਲੈਂਦਾ, ਤਾਂ ਇਤਨਾ ਦਰਿਆ ਦਿਲ ਹੋਣਾ ਚਾਹੀਦਾ ਨਾ, ਉਹ ਤਦ ਹੋਏਗਾ ਜਦ ਮੈਂ ਆਪਣੇ ਆਪ ਨੂੰ ਪਰਮਾਤਮਾ ਦੀ ਸੰਤਾਨ ਸਮਝਾਂਗੀ, ਤੇਰੀ ਮਹਿਮਾ ਪਰਮਾਤਮਾ ਦੀ ਹੈ, ਉਹ ਗਿਆਨ ਦਾ ਸਾਗਰ ਹੈਗਾ, ਉਹ ਪ੍ਰੇਮ ਦਾ ਸਾਗਰ ਹੈਗਾ, ਆਨੰਦ ਦਾ ਸਾਗਰ ਹੈਗਾ, ਤਾਂ ਮੈਂ ਆਤਮਾ ਆਪਣੇ ਆਪ ਨੂੰ ਸਮਝਾਂਗੀ, ਤਦ ਪ੍ਰੇਮ ਦਾ ਸਾਗਰ, ਆਨੰਦ ਦਾ ਸਾਗਰ ਬਣਾਂਗੀ ਨਾ। ਇਹ ਜਿਹੜੀ ਸਮੇਟਣੇ ਦੀ ਸ਼ਕਤੀ ਤੁਸੀਂ ਦੱਸੀ ਹੈ, ਸਮੇਟਣ ਦੀ ਸ਼ਕਤੀ, ਇਹਨੂੰ ਥੋੜ੍ਹਾ ਜਿਹਾ ਹੋਰ ਖੁੱਲ੍ਹ ਕੇ ਦੱਸੋ। ਇਹ ਸਮੇਟਣ ਦਾ ਮਤਲਬ ਜੋ ਹੋ ਗਿਆ, ਫੁੱਲ ਸਟਾਪ, ਪਾਸਟ ਇਜ਼ ਪਾਸਟ, ਮੈਂ ਪਾਸਟ ਸੋਚ ਰਹੀ ਹਾਂ, ਉਹਦਾ ਵਿਸਤਾਰ ਬਾਰ ਬਾਰ ਰਿਪੀਟ ਕਰ ਰਹੀ ਹਾਂ, ਉਹ ਤਾਂ ਗੋਸਟ ਸੀ, ਭੂਤ ਸੀ, ਤਾਂ ਭੂਤ, ਮੈਂ ਆਪਣੇ ਆਪ ਨੂੰ ਭੂਤ ਨਾਲ ਪਜ਼ਸ ਕਿਉਂ ਕਰਾਂ? ਪਰ ਭੈਣ ਜੀ, ਕਈ ਵਾਰ ਪਾਸਟ ਇਜ਼ ਪਾਸਟ ਕਰਨਾ ਬੜਾ ਔਖਾ ਲੱਗਦਾ ਵੀ ਨਹੀਂ ਹੁੰਦਾ। ਕਿਉਂ? ਕਿ ਉਸ ਵਿੱਚ ਸਿੱਖਿਆ ਕੁਛ ਨਹੀਂ ਨਾ। ਜੀ, ਉਹਦੇ ਵਿੱਚ ਆਪਣੇ ਗੁਣ ਨੂੰ ਯੂਜ਼ ਨਹੀਂ ਕੀਤਾ, ਦੂਸਰੇ ਦਾ ਅਵਗੁਣ ਹੀ ਦੇਖ ਰਿਹਾ, ਔਖਾ ਕਿਉਂ ਲੱਗਦਾ ਕਿ ਜਿਸਮ ਆਪਣੇ ਆਪ ਨੂੰ ਸਮਝ, ਪਹਿਲਾ ਹੀ ਮਿਸਟੇਕ ਤੇ ਚੱਲ ਰਿਹਾ, ਅਗਰ ਮੈਂ ਪਹਿਲੀ ਹੀ ਭੁੱਲ ਠੀਕ ਨਹੀਂ ਕੀਤੀ। ਓਫੋ, ਇਹ ਸਾਰੇ ਬੋਡੀ ਕੌਂਸ਼ੀਅਸ ਨਾਲ ਰਿਲੇਟਡ ਨੇ, ਸਾਰੀ ਭੁੱਲ ਦੇ ਦੇ ਅਭਿਮਾਨ ਦੇ ਕਾਰਨ ਮੈਂ ਬੋਇਆ ਕੰਡੇ ਮੋਈ ਜਾ ਰਿਹਾ, ਫੁੱਲ ਵਾਸਤੇ ਉਮੀਦ ਰੱਖ ਰਿਹਾ, ਬੋਇਆ ਪੇੜ ਬਬੂਲ ਕਾ ਆਮ ਕਹਾਂ ਸੇ ਖਾਏ, ਤਾਂ ਦੇਹ ਅਭਾਨ ਵਿੱਚ ਦੂਸਰੇ ਨੂੰ ਵੀ ਦੇਹ ਦੇਖ ਰਹੀ ਹਾਂ, ਤਾਂ ਜਿਹੜੀ ਪਹਿਲਾ ਅਭਿਆਸ ਹੈ ਕਿ ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਵਾਂ, ਉਹ ਬੜਾ ਜ਼ਰੂਰੀ ਆ, ਇਹ ਅਭਿਆਸ ਜ਼ਰੂਰੀ ਹੈ ਨਾ। ਅਗਰ ਮੈਂ ਬੀਜ ਹੀ ਨਹੀਂ ਚੰਗਾ ਬੋਇਆ, ਕਿ ਖੋਖਲਾ ਬੀਜ ਬੋਇਆ, ਫਲ ਕਿੱਥੇ ਨਿਕਲੇਗਾ? ਭੁਨਿਆ ਹੋਇਆ ਬੀਜ ਬੋਇਆ, ਉਸ ਵਿੱਚ ਅਨਾਜ ਕਿਸ ਤਰ੍ਹਾਂ ਉਤਪੰਨ ਹੋਏਗਾ? ਤਾਂ ਪਹਿਲੇ ਹੀ ਜੋ ਦੇਹ ਭਾਨ ਅਭਿਮਾਨ ਕੀ ਜੋ ਆਗ ਲੱਗੀ ਹੋਈ ਹੈ ਨਾ ਆਤਮਾ ਕੇ ਅੰਦਰ, ਸਰੀਰ ਭਾਨ ਮੇਂ, ਉਸਕੋ ਖਤਮ ਕਰਨਾ ਹੈ। ਅਭੀ ਉਸ ਵਿੱਚ ਸ਼ਕਤੀ ਚਾਹੀਦੀ ਹੈ ਕਿ ਜਿਹੜਾ ਮੈਂ ਆਤਮਾ ਵਿੱਚ, ਮੈਨੂੰ ਆਪਣੇ ਆਪ ਵਿੱਚ ਜਿਹੜੇ ਗੁਣ ਹੈਗੇ ਨੇ, ਉਹਨ ਗੁਣਾਂ ਦਾ ਮੈਂ ਸਰੂਪ ਬਣੀ ਹੈ, ਜਿਸ ਤਰ੍ਹਾਂ ਰੂਪ ਜਿਹੜਾ ਬਣ ਗਿਆ, ਜਿਹੜੀ ਅੱਖਾਂ ਹੈਗੀਆਂ ਨਾ, ਜੋ ਕੰਨ ਜ਼ਬਾਨ ਚਿਹਰਾ ਹੈਗਾ, ਭਾਈ ਰੂਪ ਬਣ ਗਿਆ ਨਾ, ਤਾਂ ਗੁਣ ਖਾਲੀ ਸੋਚਦੇ ਨਹੀਂ ਰਹਿਣਾ, ਉਹਦਾ ਸਰੂਪ ਬਣਨਾ, ਉਹ ਮੇਰਾ ਰੂਪ ਹੈ, ਸ਼ਾਂਤੀ ਮੇਰਾ ਰੂਪ ਹੈ, ਪ੍ਰੇਮ ਮੇਰਾ ਰੂਪ ਹੈ, ਪਵਿੱਤਰਤਾ ਮੇਰਾ ਰੂਪ ਹੈ, ਕਸ਼ਮਾ ਮੇਰਾ ਰੂਪ ਹੈ, ਮੈਂ ਰਹਿਮ ਦਿਲ ਦੀ ਸੰਤਾਨ ਹਾਂ, ਪਰਮਾਤਮਾ ਰਹਿਮ ਦਿਲ ਬਾਦਸ਼ਾਹ ਹੈ, ਤਾਂ ਮੈਂ ਉਹਦੀ ਬੇਟੀ ਹਾਂ, ਤਾਂ ਬੱਚਾ ਹੈਗਾ, ਤਾਂ ਮੇਰਾ ਸੰਸਕਾਰ ਉਹੀ ਹੋਏਗਾ ਨਾ। ਇਹਦਾ ਮਤਲਬ ਭੁੱਲ ਗਿਆ ਕਿ ਮੈਂ ਕੌਣ ਹਾਂ, ਭੁੱਲ ਗਿਆ ਤਾਂ ਭੁੱਲਾਂ ਕਰਦਾ ਰਹੇਗਾ, ਭੁੱਲਾਂ ਦੇਖਦਾ ਰਹੇਗਾ, ਭਟਕਣਾ ਸ਼ੁਰੂ ਹੋ ਜਾਏਗਾ। ਇਹਦਾ ਮਤਲਬ ਰਿਸ਼ਤਿਆਂ ਨੂੰ ਠੀਕ ਕਰਨ ਲਈ ਵੀ ਜਿਨ੍ਹਾਂ ਦੇ ਖਰਾਬ ਨੇ ਉਹ ਵੀ ਠੀਕ ਹੋ ਸਕਦੇ ਨੇ, ਜੇ ਉਹ ਇਹ ਸਮਝ ਲੈਣ ਬਈ ਮੈਂ ਸਰੀਰ ਨਹੀਂ, ਮੈਂ ਆਤਮਾ, ਇਹ ਵੀ ਆਤਮਾ, ਇਹ ਰਿਸ਼ਤਾ ਰੂਹ ਦਾ ਰੂਹ ਦੇ ਨਾਲ ਹੈ ਤੇ ਪਰਮਾਤਮਾ ਦੇ ਨਾਲ ਵੀ ਹੈ, ਫਿਰ ਇਹ ਠੀਕ ਹੋ ਸਕਦਾ ਜੀ? ਨਾ, ਬਿਲਕੁਲ ਠੀਕ ਹੋ ਸਕਦਾ ਨਾ। ਪਹਿਲੇ ਇਹ ਦੇਖਣਾ ਕਿ ਉਸ ਆਤਮਾ ਵਿੱਚ ਕੋਈ ਨਾ ਕੋਈ ਕਿਸੇ ਚੀਜ਼ ਦੀ ਕਮਜ਼ੋਰੀ ਹੈਗੀ, ਉਸ ਕਮਜ਼ੋਰੀ ਨਾਲ ਉਹ ਖੁਦ ਹੀ ਪਰੇਸ਼ਾਨ ਹੈ, ਤਾਂ ਉਸ ਕਮਜ਼ੋਰੀ ਨੂੰ ਮੈਂ ਠੀਕ ਕਰਨ ਦੀ ਮਦਦ ਦੇਣੀ ਹੈ, ਕ੍ਰਿਟੀਸਾਈਜ਼ ਤਾਂ ਨਹੀਂ ਕਰਨਾ, ਉਹਦਾ ਉਸ ਪਰੇਸ਼ਾਨੀ 'ਚ ਉਹਦਾ ਸੰਸਕਾਰ ਸੁਭਾਵ ਹੈਗਾ, ਮੈਂ ਆਪਣਾ ਸੁਭਾਵ ਠੀਕ ਕਰਾਂ ਨਾ। ਇਹਦੇ 'ਚ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਕੋਈ ਮਹਾਤਮਾ ਜੀ ਸੀ, ਨਦੀ ਕਿਨਾਰੇ ਬੈਠੇ ਸੀ, ਇਸ ਵਾਟਰ ਸਟ੍ਰੀਮ ਕੇ ਕਿਨਾਰੇ ਬੈਠੇ ਸੀ, ਤਾਂ ਇੱਕ ਬਿੱਛੂ ਉੱਥੇ ਪਾਣੀ 'ਚ ਗਿਰ ਗਿਆ।
ਮਹਾਤਮਾ ਜੀ ਨੇ ਅੱਜ ਬਿੱਛੂ ਨੂੰ ਉਠਾਇਆ, ਬਾਹਰ ਫੈਂਕ ਦਰਖਤ ਖਾ, ਬਿੱਛੂ ਨੇ ਇੱਕ ਡੰਗ ਮਾਰ ਲਿਆ। ਉਹ ਮਹਾਤਮਾ ਜੀ ਗਏ ਜੜੀ ਬੂਟੀ ਕੋਈ ਲੈ ਕੇ, ਉਂਗਲੀ ਤਾਂ ਰਗੜੀ, ਜਿਹੜਾ ਡੰਗ ਸੀ ਬਾਹਰ ਨਿਕਾਲ ਦਿੱਤਾ, ਆ ਕੇ ਫਿਰ ਬੈਠ ਗਏ। ਉਹ ਫਿਰ ਬਿੱਛੂ ਫਿਰ ਗਿਰ ਗਿਆ, ਫਿਰ ਦੁਬਾਰਾ ਵੀ ਉਸਨੇ ਨਿਕਾਲਿਆ, ਫਿਰ ਡੰਗ ਮਾਰਿਆ, ਤਿੰਨ ਵਾਰੀ ਹੋ ਗਿਆ। ਦੂਜੇ ਲੋਕਾਂ ਨੇ ਕਿਹਾ, ਮਹਾਤਮਾ ਜੀ ਤੁਸੀਂ ਸਮਝਦਾਰ ਹੋ, ਇਹਨੂੰ ਬਿੱਛੂ ਨੂੰ ਮਾਰ ਕਿਉਂ ਨਹੀਂ ਦਿੰਦੇ? ਕਹ ਨਹੀਂ, ਮੈਂ ਮਾਰਾਂਗਾ ਨਾ ਇਹਨੂੰ, ਇਹ ਤਾਂ ਮੇਰਾ ਗੁਰੂ ਹੈਗਾ। ਕਿ ਤੁਹਾਡਾ ਗੁਰੂ ਹੈਗਾ ਬਿੱਛੂ? ਕਹਾ ਮੇਰਾ ਟੀਚਰ ਹੈਗਾ। ਕਿ ਅਸੀਂ ਤਾਂ ਤੁਸੀਂ ਬਿੱਛੂ ਦੀ ਗੱਲ ਭਾਸ਼ਾ ਸਮਝਦੇ ਹੋ, ਉਹਦੀ ਲੈਂਗੁਏਜ? ਕਹਾ ਬੋਲਣ ਦੀ ਗੱਲ ਨਹੀਂ, ਸਿੱਖਣ ਦੀ ਗੱਲ, ਕੋਈ ਸਿਖਾ ਕੇ ਸਿਖਾਉਣ ਦੀ ਗੱਲ ਨਹੀਂ ਗੀ, ਮੈਂ ਤਿੰਨ ਸਬਕ ਸਿੱਖ ਲੈਣ। ਉਹਨੇ ਕਿਹਾ ਤੇਰੇ ਬਿੱਛੂ ਨੇ ਕਿਹੜੇ ਤਿੰਨ ਸਬਕ ਸਿਖਾਏ? ਉਸਨੇ ਕਿਹਾ ਕਿ ਬਿੱਛੂ ਨੇ ਡੰਗ ਮਾਰਿਆ, ਡੰਗ ਮਾਰਨ ਤੋਂ ਪਹਿਲੇ ਮੈਨੇ ਸਿੱਖਿਆ ਕਿ ਮੇਰੀ ਆਤਮਾ 'ਚ ਇਤਨਾ ਪਰਿਵਰਤਨ ਆ ਗਿਆ ਸਾਧਨਾ ਨਾਲ, ਕਿ ਮੈਂ ਹਰ ਦਾ ਭਲਾ ਕਰਨ ਵਾਲਾ ਇਨਸਾਨ ਔਰ ਬਿੱਛੂ 'ਚ ਕੋਈ ਮੈਨੇ ਫਰਕ ਨਹੀਂ ਦੇਖਿਆ। ਜੈਸੇ ਕੋਈ ਬੱਚਾ ਡੁੱਬਦਾ ਤਾਂ ਮੈਂ ਬਾਹਰ ਨਿਕਾਲ ਲੈਂਦਾ ਨਾ, ਇਹ ਬਿੱਛੂ ਨੂੰ ਮੈਂ ਡੁੱਬਦੇ ਦੇਖਿਆ, ਸਮਝੇ ਡੁੱਬ ਨਾ ਜਾਵੇ, ਮੈਨੇ ਬਾਹਰ ਨਿਕਾਲ ਦਿੱਤਾ। ਅੱਛਾ, ਬਿੱਛੂ ਮੈਨੂੰ ਪਹਿਲਾ ਸਬਕ ਆਪਣੇ ਸਵਮਾਨ ਦੀ ਸਿਮਰਤੀ ਆ ਗਈ ਕਿ ਮੇਰੇ ਅੰਦਰ ਦਇਆ ਭਾਵ, ਸੱਚਮੁੱਚ ਦਇਆ ਭਾਵ ਹੈ, ਸੱਚਮੁੱਚ ਆਤਮ ਭਾਵ ਮੇਰੇ ਅੰਦਰ ਆ ਗਿਆ, ਕਲਿਆਣ ਦਾ ਭਾਵ ਆ ਗਿਆ, ਅਤੇ ਮੈਂ ਕਲਿਆਣਕਾਰੀ ਦੀ ਸੰਤਾਨ, ਕਲਿਆਣ ਸਰੂਪ ਆਤਮਾ। ਦੂਜਾ ਸਬਕ ਕੀ ਸਿੱਖਿਆ ਜੀ? ਕਿ ਦੂਜਾ ਸਬਕ ਮੈਂ ਸਿੱਖਿਆ ਕਿ ਕੋਈ ਅਗਰ ਤੇਰਾ ਬੁਰਾ ਵੀ ਕਰੇ ਨਾ, ਉਹਦੇ ਨਾਲ ਭੱਲਾ ਕਰ। ਤਾਂ ਬਿੱਛੂ ਨੇ ਬੁਰਾ ਕੀਤਾ, ਮੈਂ ਆਪਣੇ ਗੁਣ ਕਿਉਂ ਛੋੜਾਂ? ਨੈਚੁਰਲੀ ਭਲੇ ਦਾ ਭਲਾ ਤਾਂ ਸਾਰਾ ਕਰਦੇ ਨੇ, ਪਰ ਬੁਰੇ ਦਾ ਵੀ ਭਲਾ ਕਰੇ, ਇਹ ਮੇਰਾ ਸਾਧੂਪਨ ਹੈ, ਇਹ ਮੇਰੀ ਮਹਾਨਤਾ, ਮੈਂ ਮਹਾਤਮਾ ਜੀ ਤੁਸੀਂ ਕਹਿੰਦੇ ਹੋ ਤਾਂ ਮਹਾਨਤਾ ਤਾਂ ਮੇਰੀ ਹੀ ਹੈ ਨਾ। ਹਾਂਜੀ, ਤਾਂ ਮੈਂ ਬਿੱਛੂ ਨੂੰ ਮਾਰਾਂ, ਵੀ ਬਿੱਛੂ ਨੇ ਮੇਰੇ ਕੋਲ ਡੰਗ ਮਾਰਿਆ ਜੀ, ਤਾਂ ਮੇਰੀ ਮਹਾਨਤਾ ਤਾਂ ਕੁਛ ਨਹੀਂ ਹੋਈ। ਤੀਜੀ ਗੱਲ ਹੈ ਕਿ ਜੋ ਮਤਲਬ ਜੋ ਹੈ ਨਾ, ਕੋਈ ਦਇਆ ਕਰਕੇ ਕੋਈ ਭੁੱਲ ਕਰੇ ਨਾ, ਤਾਂ ਭੁੱਲ ਨੂੰ ਮਾਫ਼ ਕਰਕੇ ਭੁੱਲ ਜਾਓ ਕਿ ਮੈਂ ਮਾਫ਼ ਕੀਤਾ। ਉਹਨਾਂ ਨੇ ਕਿਹਾ ਮਤਲਬ ਭੁੱਲ ਨੂੰ ਵੀ ਭੁੱਲ ਜਾਓ ਮਾਫ਼ ਕਰਕੇ। ਹਾਂ, ਉਹਨਾਂ ਨੇ ਕਿਹਾ ਜੀ ਭੁੱਲ ਕੋਈ ਕਰਦਾ ਹੈ ਮਾਫ਼ ਕਰ ਦੇਈਏ, ਪਰ ਭੁੱਲ ਜਾਣਾ ਤਾਂ ਸੁਭਾਵਿਕ ਹੋਏਗਾ ਨਾ, ਮੈਨੇ ਮਾਫ਼ ਕੀਤਾ। ਭੁੱਲ ਨੂੰ ਭੁੱਲ ਕਰਨਾ, ਭੁੱਲ ਜਾਣਾ, ਇਹ ਤਾਂ ਨਹੀਂ ਹੋ ਸਕਦਾ। ਉਸਨੇ ਕਿਹਾ ਕਾਰਨ ਕੀ ਹੈਗਾ? ਇਹ ਬਿਲਕੁਲ ਸਹਿਜ ਗੱਲ ਹੈਗੀ, ਮੈਂ ਕਿਉਂ ਭੁੱਲ ਗਿਆ? ਮਨ ਇਨਸਾਨ ਕਿਉਂ ਨਹੀਂ ਭੁੱਲਦਾ? ਉਹ ਕਹਿੰਦੇ ਮੈਂ ਇਹਨੂੰ ਮਾਫ਼ ਕਰ ਦਿੱਤਾ ਜੀ, ਮੈਂ ਇਹਨੂੰ ਮਾਫ਼ ਕਰ ਦਿੱਤਾ। ਤਾਂ ਜਿਹੜੀ ਕਮਜ਼ੋਰੀ ਹੈ ਨਾ, ਜਿਹੜਾ ਦੁੱਖ ਹੈ, ਉਹਨੂੰ ਦੂਰ ਨਹੀਂ ਕੀਤਾ, ਉਹਦੇ ਤੋਂ ਕੁਛ ਸਿੱਖਿਆ ਨਹੀਂ। ਮੈਂ ਪਹਿਲਾਂ ਮੇਰਾ ਤਰੀਕਾ ਕੀ ਸੀ ਕਿ ਮੈਂ ਜਿਹੜਾ ਡੰਗ ਸੀ ਨਾ, ਉਸ ਡੰਗ ਨੂੰ ਠੀਕ ਕੀਤਾ, ਉਸ ਦਰਦ ਨੂੰ ਠੀਕ ਕਰ ਲਿੱਤਾ, ਤਾਂ ਤਦ ਮੈਂ ਮਾਫ਼ ਕਰ ਸਕਿਆ ਨਾ। ਇਹ ਬੜਾ ਜ਼ਰੂਰੀ ਹੈ ਜੀ, ਦਰਦ ਨੂੰ ਅਸੀਂ ਠੀਕ ਨਹੀਂ ਕਰਦੇ ਤੇ ਤਾਂ ਹੀ ਮਾਫੀ ਵੀ ਨਹੀਂ ਹੋ ਸਕਦੀ। ਅਸੀਂ ਦਰਦ ਨੂੰ ਕਿਸੇ ਨੇ ਇੱਕ ਵਾਰੀ ਗੱਲ ਕਹੀ, ਉਹਨੇ ਇੱਕ ਵਾਰੀ ਡੰਗ ਮਾਰਿਆ, ਚਾਕੂ ਨਾਲ ਸਮਝੋ ਮੇਰਾ ਉਂਗ 'ਚ ਹੱਥ ਚੀਰ ਦਿੱਤਾ, ਔਰ ਮੈਂ ਉਹੀ ਚਾਕੂ ਲੈ ਕੇ, ਫਲਾਣੇ ਨੇ ਐਸਾ ਕੀਤਾ ਸੀ, ਮੇਰੀ ਇਨਸਲਟ ਕੀਤੀ ਸੀ, ਮੈਨੂੰ ਧੋਖਾ ਦਿੱਤਾ ਸੀ, ਮੈਂ ਉਹੀ ਚਾਕੂ ਲੈ ਕੇ 50 ਵਾਰੀ ਚੀਰ ਮਾਰ ਰਹੀ ਹਾਂ, ਤਾਂ ਚੀਰ ਤਾਂ ਗਹਿਰਾ ਹੋ ਜਾਏਗਾ ਨਾ, ਜ਼ਖਮ ਮੇਰਾ ਠੀਕ ਤਾਂ ਨਹੀਂ ਹੋਏਗਾ। ਤਾਂ ਅਭੀ ਇੱਕ ਵਾਰੀ ਕਿਸੇ ਦੂਜੇ ਨੇ ਨੁਕਸਾਨ ਕੀਤਾ, ਔਰ ਮੈਂ 100 ਵਾਰੀ ਉਸਨੂੰ ਰਿਪੀਟ ਕੀਤਾ, ਤਾਂ 100 ਵਾਰੀ ਦੁੱਖ ਦਾ ਭਾਗੀ ਕੌਣ? ਮੈਂ ਹੋ ਗਈ ਨਾ, ਮੈਨੇ ਆਪਣੇ ਲਈ ਆਪੇ ਦੁੱਖ ਇਕੱਠਾ ਕੀਤਾ ਨਾ, ਤਾਂ ਸਮੇਟਣ ਦੀ ਸ਼ਕਤੀ ਨਹੀਂ ਆਈ। ਤਿੰਨ ਸਬਕ ਜਰਾ ਦੁਬਾਰਾ ਅਸੀਂ ਇਹਨੂੰ ਰਿਪੀਟ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਦੱਸਿਆ ਵੀ ਸਵਮਾਨ ਦੀ ਸ਼ਕਤੀ, ਮੈਨੂੰ ਸਵਮਾਨ ਦੀ ਸ਼ਕਤੀ, ਮੇਰਾ ਗੁਣ ਕਿਆ ਹੈ ਉਹ ਮੈਨੂੰ ਯਾਦ ਰੱਖ, ਉਹ ਯਾਦ ਆ ਗਿਆ। ਦੂਜਾ, ਕੋਈ ਖਰਾਬ ਬੁਰਾ ਕਰੇ ਨਾ, ਮੈਂ ਉਹਦਾ ਭਲਾ ਕਰਨਾ, ਉਹਦਾ ਭਲਾ ਕਰਨਾ ਜੀ। ਤੀਜਾ, ਕੋਈ ਭੁੱਲ ਕਰਦੇ ਉਹਨੂੰ ਮਾਫ਼ ਕਰ ਦੇਣਾ, ਭੁੱਲ ਕਰਦੇ ਤਾਂ ਉਹਨੂੰ ਮਾਫ਼ ਕਰ ਦੇਣਾ, ਨਾ ਕੇਵਲ ਮਾਫ਼ ਕਰਨਾ ਹੈ, ਨਾ ਕੇਵਲ ਫੋਰਗਿਵ ਕਰਨਾ ਹੈ ਜੀ, ਫੋਰਗੇਟ ਦੈਟ ਯੂ ਆਰ ਫੋਰਗਿਵਨ, ਫੋਰਗੇਟ ਦੈਟ ਯੂ ਆਰ ਫੋਰਗਿਵਨ, ਐਂਡ ਦੈਟ ਇਜ਼ ਪੋਸੀਬਲ ਓਨਲੀ ਵੈਨ ਯੂ ਲਰਨ ਸਮਥਿੰਗ ਟੂ ਰਿਮੂਵ ਯੂਅਰ ਸੋਰੋ। ਅੱਜ ਮੈਨੂੰ ਸਮਝ ਆਇਆ ਜੀ, ਮੈਂ ਵੀ ਪਹਿਲਾਂ ਇਹੀ ਸੋਚਦਾ ਸੀ ਵੀ ਕੋਈ ਬੰਦਾ ਕਿਸੇ ਨੂੰ ਮਾਫ਼ ਕਿਵੇਂ ਕਰ ਸਕਦਾ, ਕਿਸੇ ਨੇ ਕੁਛ ਕਿਸੇ ਦਾ ਵਿਗਾੜਿਆ ਹੋਵੇ, ਬੜਾ ਔਖਾ ਹੁੰਦਾ, ਅਤੇ ਮਾਫ਼ ਜੇ ਕਰ ਵੀ ਦਿਉ ਫਿਰ ਭੁੱਲਣਾ ਔਖਾ ਹੁੰਦਾ, ਫਿਰ ਇਹ ਯਾਦ ਆਉਂਦਾ ਰਹਿੰਦਾ ਵੀ ਮੈਂ ਇਹਨੂੰ ਮਾਫ਼ ਕੀਤਾ, ਅਹੰਕਾਰ ਆ ਗਿਆ, ਦੇਹ ਦਾ ਬਾਨ ਆ ਗਿਆ, ਦੇਹ ਦਾ ਬਾਨ, ਅਹੰਕਾਰ ਫਿਰ ਦੁਖੀ ਕਰੇਗਾ ਨਾ। ਹਾਂਜੀ, ਫਿਰ ਕੋਈ ਨਾ ਕੋਈ ਤਰੀਕੇ ਨਾਲ ਬੋਲ ਕੇ ਯਾਦ ਕਰਦਾ, ਉਸ ਅਵਗੁਣ ਨੂੰ ਯਾਦ ਕਰਦਾ ਰਹੇਗਾ, ਤਾਂ ਅੰਦਰ ਦਾ ਕੀੜਾ ਤਾਂ ਨਹੀਂ ਮਰਿਆ ਨਾ, ਉਹ ਕਿਸ ਵਕਤ ਫਿਰ ਜ਼ਿੰਦਾ ਹੋ ਜਾਏਗਾ। ਤਾਂ ਇਸੇ ਲਈ ਮੈਂ ਸਿੱਖਿਆ ਕਿ ਇਸ ਤੋਂ ਇਸ ਸਿਚੁਏਸ਼ਨ 'ਚ ਮੈਂ ਆਪਣਾ ਗੁਣ, ਦੂਸਰੇ ਦੇ ਅਵਗੁਣ ਨੂੰ ਖਤਮ ਕਰਨ ਲਈ ਮੈਂ ਆਪਣਾ ਗੁਣ ਯੂਜ਼ ਕਰਨਾ ਨਾ। ਦੂਸਰੇ 'ਚ ਨਫ਼ਰਤ ਹੈ, ਮੇਰੇ ਅੰਦਰ ਪ੍ਰੇਮ ਦੀ ਭਾਵਨਾ ਹੈ,
ਦੂਜੇ 'ਚ ਕ੍ਰੋਧ ਹੈ, ਮੇਰੇ ਅੰਦਰ ਸ਼ਾਂਤੀ ਦੀ ਭਾਵਨਾ ਹੈ, ਤਾਂ ਉਹਦੇ ਔਰ ਮੇਰੇ 'ਚ ਫਰਕ ਹੀ ਕੀ ਹੋਇਆ? ਅਗਰ ਉਸਨੇ ਗਲਤੀ ਕੀਤੀ, ਮੈਂ ਵੀ ਗਲਤੀ ਕਰ ਰਿਹਾ, ਤਾਂ ਮੈਂ ਅਹੰਕਾਰ ਕਿਸ ਗੱਲ ਦਾ ਕਰਾਂ? ਇਸ ਲਈ ਆਪਣੀ ਸੱਚਾਈ ਓਨੈਸਟੀ ਹੁੰਦੀ ਹੈ, ਸੱਚ ਤੇ ਸਾਬ ਰਾਜ਼ੀ ਹੈ। ਮੈਂ ਆਪਣੀ ਸੱਚੀ ਗੱਲ, ਸੱਚਾ ਸਵਰੂਪ ਨੂੰ ਯਾਦ ਰੱਖਾਂਗਾ ਤਾਂ ਪਾਸਟ ਖਤਮ ਹੋ ਜਾਏਗਾ ਨਾ। ਕੁਛ ਸਿੱਖ ਲਿਆ, ਖੁਸ਼ੀ 'ਚ ਰਹਾਂਗੇ, ਸਮਾਣ ਦੀ ਸ਼ਕਤੀ ਆ ਜਾਏਗੀ, ਸਮੇਟਣ ਦੀ ਸ਼ਕਤੀ ਆ ਜਾਏਗੀ। ਇਹ ਸਮੇਟਣੇ ਦੀ ਸ਼ਕਤੀ ਤੇ ਸਮਾਣੇ ਦੀ ਸ਼ਕਤੀ ਦੇ ਵਿੱਚ ਕੋਈ ਡਿਫਰੈਂਸ ਹੈ ਜੀ? ਹਾਂ, ਸਮੇਟਣਾ ਹੈ ਕਿ ਜੋ ਗੱਲ ਹੋ ਗਈ ਨਾ ਉਹਨੂੰ ਵਿਸਤਾਰ 'ਚ ਨਹੀਂ ਲੈਣਾ। ਜਿਸ ਤਰ੍ਹਾਂ ਸਮਝੋ, ਤੁਸੀਂ ਅਗਰ ਜਰਨੀ 'ਤੇ ਜਾ ਰਹੇ ਹੋ ਤਾਂ ਸਾਰਾ ਘਰ ਤਾਂ ਨਹੀਂ ਉਠਾ ਕੇ ਲੈ ਜਾਂਦੇ ਹੋ ਨਾ, ਜਿਤਨਾ ਸੂਟਕੇਸ ਬਿਸਤਰਾ ਚਾਹੀਏ ਉਤਨਾ ਹੀ ਲੈ ਜਾਂਦੇ ਹੋ ਨਾ। ਤਾਂ ਵਿਸਤਾਰ ਜਿਹੜਾ ਹੈ ਉਹਦਾ ਵਿਸਤਾਰ ਨਹੀਂ, ਅਗਰ ਜੀਵਨ ਵਿੱਚ ਅੱਗੇ ਵਧਣਾ ਹੈ ਤਾਂ ਕੋਈ ਜਿਹੜੀਆਂ ਗੱਲਾਂ ਹੋ ਗਈਆਂ ਉਹਨੂੰ ਵਿਸਤਾਰ 'ਚ ਨਹੀਂ ਜਾਓ, ਉਸ ਸਾਰੇ 'ਚ ਸੰਭਾਲੋ। ਸਰ, ਸੰਭਾਲਣ ਦੀ ਸ਼ਕਤੀ ਹੈ ਕਿ ਬਹੁਤ ਸਾਰੀ ਗੱਲਾਂ ਹੁੰਦੀਆਂ ਨੇ। ਜਿਸ ਤਰ੍ਹਾਂ ਸਾਗਰ ਹੈ, ਉਸਨੇ ਪਾਣੀ ਨੂੰ ਸੰਭਾਲ ਲਿੱਤਾ, ਕਿਚੜੇ ਨੂੰ ਬਾਹਰ ਫੈਂਕਦੀ ਹੈ, ਤਾਂ ਅੱਛੀ ਚੀਜ਼ ਨੂੰ ਅੰਦਰ ਰੱਖ ਲਓ, ਬਾਹਰ ਚੀਜ਼ ਨੂੰ, ਬਾਹਰ ਖਰਾਬ ਚੀਜ਼ ਨੂੰ ਬਾਹਰ ਖਤਮ ਕਰ ਦਿਓ। ਅੰਦਰ ਕੋਈ ਬਾਤ ਹੈ, ਸਿੱਖ ਲਿਆ, ਅੰਦਰ ਸੰਭਾਲਿਆ। ਕਿਉਂਕਿ ਮੈਨੂੰ ਲੱਗ ਰਿਹਾ ਵੀ ਜਿਸ ਤਰ੍ਹਾਂ ਹੁਣ ਤੁਸੀਂ ਸਮਾਨ ਦੀ ਅਤੇ ਸਮੇਟਣ ਦੀ ਸ਼ਕਤੀ ਬਾਰੇ ਤੁਸੀਂ ਚਾਨਣਾ ਪਾਇਆ ਹੈ, ਤਾਂ ਮੈਨੂੰ ਲੱਗਦਾ ਵੀ ਜਿੱਥੇ ਕੁਦਰਤੀ ਪ੍ਰਕੋਪ ਆ ਜਾਂਦੇ ਨੇ, ਪ੍ਰਕਿਰਤੀ ਆਪਦਾ ਆ ਜਾਂਦੀ ਆ, ਕਿਉਂਕਿ ਇੰਡੀਆ ਦੇ ਵਿੱਚ ਹੁਣ ਕਸ਼ਮੀਰ ਸਾਰਾ ਡੁੱਬ ਗਿਆ ਸੀ ਅਤੇ ਲੋਕ ਛੱਤਾਂ 'ਤੇ ਖੜ੍ਹੇ ਸੀ, ਇਹਨਾਂ ਨੂੰ ਵੀ ਜੇ ਮਤਲਬ ਆਤਮਿਕ ਸਥਿਤੀ ਦਾ ਅਭਿਆਸ ਹੁੰਦਾ ਅਤੇ ਇੱਕ ਸਾਖੀਪਨ ਦਾ ਭਾਵ ਆ ਜਾਂਦਾ, ਅਤੇ ਇਹ ਫਿਰ ਸਮਾਨ ਦੀ ਸ਼ਕਤੀ ਅਤੇ ਸਮੇਟਣ ਦੀ ਸ਼ਕਤੀ ਨੂੰ ਜੇ ਯੂਜ਼ ਕਰਦੇ ਤਾਂ ਫਿਰ ਇਹਨਾਂ ਦਾ ਦੁੱਖ ਥੋੜ੍ਹਾ ਜਿਹਾ ਘੱਟ ਜਾਂਦਾ। ਫਿਰ ਅੱਗੇ ਇਹਨੇ ਰੂਹਾਨੀਅਤ ਦੀ ਸ਼ਕਤੀ ਚਾਹੀਏ ਨਾ, ਇਹ ਵੀ ਸਮਝ ਆ ਜਾਂਦਾ ਹੈ ਕਿ ਕਰਮਾਂ ਦਾ ਹਿਸਾਬ ਕਿਤਾਬ ਕੁਦਰਤ ਨਾਲ ਵੀ ਹੈ। ਅੱਛਾ ਅੱਛਾ ਜੀ। ਇਨਸਾਨ ਜੋ ਹੈ ਕਿਤਨਾ ਪੰਜ ਤੱਤਵਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦਾ ਹੈ, ਲੋਭਵਸ਼ ਮਿਸਯੂਜ਼ ਕਰਦਾ ਹੈ। ਅੱਛਾ, ਮਿਸਾਲ ਦੇ ਤੌਰ ਪਾਣੀ ਦੀ ਕਿਤਨੀ ਡਿਸਰੈਸਪੈਕਟ ਹੈ। ਤੁਸੀਂ ਆਹ ਸੋਚੋ, ਇਨਸਾਨ ਹੱਥ ਧੋਣੇ ਨਾ, ਕਿਤਨਾ ਪਾਣੀ ਹੱਥ ਧੋਣ ਵਾਸਤੇ ਕਿਤਨਾ ਚਾਹੀਦਾ? ਨਲਕਾ ਖੁੱਲ੍ਹਾ ਹੀ ਰਹੇਗਾ, ਰਹਿਗੇ ਇੱਕ ਗਿਲਾਸ ਪਾਣੀ ਦਾ ਲੈਣਾ, ਖੁੱਲ੍ਹਿਆ ਹੋਇਆ, ਖੁੱਲ੍ਹ ਹੀ ਰਿਹਾ। ਬਿਜਲੀ ਹੈ, ਖੁੱਲ੍ਹੀ ਰਹਿ ਜਾਏਗੀ, ਧਿਆਨ ਨਹੀਂ ਰਹੇਗਾ, ਵੇਸਟ ਬਹੁਤ ਕਰਦੇ ਨੇ, ਉਸਦਾ ਇਫੈਕਟ ਹੁੰਦਾ। ਇਹ ਵੀ ਸਮਝ, ਇਹ ਵੀ ਕਰਮਾ ਫਿਲੋਸਫੀ ਹੈ, ਕੁਦਰਤੀ ਆਪਦਾ ਆਉਂਦੀ। ਸਿਸਟਰ ਸੁਦੇਸ਼ ਜੀ, ਮੇਰੀ ਤੁਹਾਨੂੰ ਬੇਨਤੀ ਆ ਵੀ 2 ਮਿੰਟ ਇਹ ਜਿਹੜੀ ਸ਼ਕਤੀਆਂ ਤੁਸੀਂ ਸਮੇਟਣ ਦੀ ਸ਼ਕਤੀ ਅਤੇ ਸਮਾਉਣ ਦੀ ਸ਼ਕਤੀ ਬਾਰੇ ਜੇ 2 ਮਿੰਟ ਦਾ ਤੁਸੀਂ ਅਭਿਆਸ ਕਰਵਾ ਦਿਓ। ਓਮ ਸ਼ਾਂਤੀ। ਓਮ, ਮੈਂ ਆਤਮਾ, ਆਪਣੇ ਅਸਲੀ ਸਰੂਪ ਵਿੱਚ ਟਿਕ ਕੇ ਇਸ ਦੇਹ ਦੀ ਦੁਨੀਆਂ ਦਾ ਪ੍ਰਭਾਵ ਇਹ ਡਰਾਮਾ ਦਾ ਸੀਨ ਸਮਝ ਕੇ ਸਾਖੀ ਹੋ ਕੇ ਬੈਠੀ ਹਾਂ। ਇਸ ਨਾਟਕ ਵਿੱਚ ਕੋਈ ਦੁੱਖ ਦੇ ਸੀਨ ਹੈਗੇ ਨੇ, ਕੋਈ ਸੁੱਖ ਦੇ ਸੀਨ, ਇਨ ਦੁੱਖ ਔਰ ਸੁੱਖ ਨੂੰ ਪਿਤਾ ਪਰਮਾਤਮਾ ਨੂੰ ਸਾਥੀ ਬਣਾ ਕੇ ਖੇਲ ਸਮਝ ਕੇ ਉੱਪਰ ਸੇ ਦੇਖ ਰਹੀ ਹੂੰ। ਚਲੇ ਉੜ ਚਲੋ ਇਸ ਦੁਨੀਆ ਸੇ ਪਾਰ, ਜੋ ਬਾਤ ਹੋ ਗਈ ਵੋ ਅਭੀ ਨਹੀਂ ਹੈ,
जैसे सर्दी थी गर्मी आ गई, अभी मुझे गरम कपड़े नहीं पहन के रखने हैं, मुझे और ही बीमार कर देंगे, ऐसे कोई परिस्थिति थी, अब वो परिस्थिति नहीं है। मुझे स्वस्थिति में स्थित होना है। ईश्वरीय शक्ति लेके परमात्म बल अपने में भर के इस ड्रामा के कर्म फिलॉसफी को समझना है। सब दिन हो उतना एक समान, जैसे सवेरा दोपहर में बदलता है, दोपहर रात में बदल जाती है, रात प्रभात में बदल जाती है, प्रभात सुनहरा सवेरा हो जाता है। पहले मन के अंदर कर्म फिलॉसफी का ज्ञान लेकर मुझे साक्षी होकर के मजबूत मन को मजबूत करना है। इस ड्रामा में इस सीन को आत्मिक बल से देखना है। कर्मों की गति को जानने वाली कर्मों के हिसाब किताब को समझने वाली मैं कर्मातीत आत्मा हूं। श्रेष्ठ कर्म का फल शांति और पवित्रता है। अब श्रेष्ठ कर्म श्रेष्ठ संकल्प से मन को स्थिर करना है। मन मेरे साथ है, दिव्य बुद्धि मेरे पास है, ये रूहानी संपत्ति मेरी अपनी है। जो मेरा नहीं था वो चला गया, जो मेरा है शांति प्रेम पवित्रता वो मेरे पास है। शक्ति स्वरूप आत्मा थोड़ा मैं तहे दिलों शुक्रिया अदा करता हाँ। तुसी बहुत ही गहरे अनुभव सानू करा रहे हो, आप जी का शुक्रिया। ओम शांति। असी इस लड़ी नू जारी रखांगे अगले एपीसोड दे विच भी। उदों तक लई सत श्री अकाल, ओम शांति। अपने सुझाव देन ते वधेरे जानकारी लई तुसी संपर्क कर सकदे हो गॉल्डीवुड स्टूडियो शांतिवन, मोबाइल नंबर 80994934, ईमेल punjabi.gws@gmail.com।